ਫਿਰੋਜ਼ਪੁਰ ਰੇਲਵੇ ਡਿਵੀਜ਼ਨ ਮੈਨੇਜਰ ਨੂੰ ਇੱਕ ਧਮਕੀ ਪੱਤਰ ਮਿਲਿਆ ਹੈ ਜਿਸ ਵਿੱਚ ਕੁਝ ਧਾਰਮਿਕ ਸਥਾਨਾਂ ਤੇ ਇੱਕ ਆਰਮੀ ਕੈਂਪ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਪੱਤਰ ਵਾਲੇ ਨੇ ਆਪਣੇ ਆਪ ਨੂੰ ਵੱਖਵਾਦੀ ਸੰਗਠਨ ਜੈਸ਼ੇ ਮੁਹੰਮਦ ਲਿਖਿਆ ਹੈ। ਫਿਰੋਜ਼ਪੁਰ ਵਿੱਚ ਰੇਲਵੇ ਡਿਵੀਜ਼ਨ DRM ਦੇ ਨਾਮ ਇੱਕ ਧਮਕੀ ਪੱਤਰ ਆਇਆ। ਇਸ ਵਿੱਚ 13 ਤੋਂ 16 ਮਈ ਨੂੰ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ ਅਤੇ ਬਰਨਾਲਾ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਪੱਤਰ ਹਿੰਦੀ ਵਿੱਚ ਲਿਖਿਆ ਗਿਆ ਤੇ ਧਮਕਾਉਣ ਵਾਲਾ ਵੱਖਵਾਦੀ ਸੰਗਠਨ ਜੈਸ਼ੇ ਮੁਹੰਮਦ ਵੱਲੋਂ ਧਮਕੀ ਪੱਤਰ ਲਿਖਣ ਦਾ ਦਾਅਵਾ ਕਰਦਾ ਹੈ। ਇਸ ਤੇ ਮੈਸੂਰ ਅਹਿਮਦ ਏਰੀਆ ਕਮਾਂਡਰ, ਜੰਮੂ ਕਸ਼ਮੀਰ, ਸਿੰਧ, ਪਾਕਿਸਤਾਨ ਲਿਖਿਆ ਹੋਇਆ ਹੈ। ਇਸ ਪੱਤਰ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜੈਪੁਰ, ਰਿਵਾੜੀ, ਬੀਕਾਨੇਰ, ਜੋਧਪੁਰ, ਗੰਗਾਨਗਰ, ਰਾਜਸਥਾਨ ਵਿੱਚ ਆਰਮੀ ਕੈਂਪ, ਸ੍ਰੀ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਰੇਲਵੇ DRM ਵਿਵੇਕ ਕੁਮਾਰ ਨੇ ਕਿਹਾ ਕਿ ਧਮਕੀ ਪੱਤਰ ਮਿਲਣ ਤੇ ਚੌਕਸੀ ਵਧਾ ਦਿੱਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਧਮਕੀ ਪੱਤਰ ਮਿਲ ਜਾਂਦੇ ਹਨ। ਕੱਲ ਹਮੇ ਪੱਤਰ ਮੈਂ ਇੱਕ ਧਮਕੀ ਭਰਾ ਪੱਤਰ ਪ੍ਰਾਪਤ ਹੁਆ ਹੈ ਔਰ ਉਸਮੇ ਜਿਸਨੇ ਲਿਖਾ ਹੈ ਵੋ ਆਪਣਾ ਨਾਮ ਬਤਾਤਾ ਹੈ, ਮੈਸੂਰ ਅਹਿਮਦ ਕਹਿਤਾ ਹੈ ਕਿ ਏਰੀਆ ਕਮਾਂਡਰ ਜੈਸ਼ੇ ਮੁਹੰਮਦ ਹੈ ਔਰ ਉਸਨੇ ਯੇ ਧਮਕੀ ਦੀ ਹੈ ਕਿ ਵੋ 13 ਮਈ ਕੋ ਕੁਛ ਰੇਲਵੇ ਸਟੇਸ਼ਨ ਜੈਸੇ ਕਿ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਬਠਿੰਡਾ, ਅੰਮ੍ਰਿਤਸਰ ਔਰ ਜਲੰਧਰ ਇਨਕੋ ਬੰਬ ਸੇ ਉੜਾ ਦੇਗਾ। ਇਸਕੇ ਇਲਾਵਾ ਉਸਨੇ ਇਹ ਵੀ ਕਿਹਾ ਹੈ ਕਿ ਰਾਜਸਥਾਨ ਕਾ ਜੈਪੁਰ, ਰਿਵਾੜੀ, ਬੀਕਾਨੇਰ, ਜੋਧਪੁਰ, ਗੰਗਾਨਗਰ ਸਹਿਤ ਔਰ ਸਭੀ ਰੇਲਵੇ ਸਟੇਸ਼ਨ ਔਰ ਮਿਲਟਰੀ ਕੈਂਟ, ਬੱਸ ਸਟੇਸ਼ਨ ਔਰ ਮੰਦਿਰੋਂ ਕੋ ਬੰਬ ਸੇ ਉੜਾ ਦੇਗਾ ਔਰ ਇਹ ਵੀ ਉਸਨੇ ਕਿਹਾ ਹੈ ਕਿ 16 ਮਈ ਕੋ ਪੰਜਾਬ ਕਾ ਸਵਰਨ ਮੰਦਿਰ ਅੰਮ੍ਰਿਤਸਰ, ਦੁਰਗਿਆਨਾ ਮੰਦਿਰ, ਦੇਵੀ ਤਲਾਬ ਮੰਦਿਰ ਜਲੰਧਰ, ਫਗਵਾੜਾ ਕਾ ਹਨੂੰਮਾਨ ਮੰਦਿਰ, ਫਿਰੋਜ਼ਪੁਰ ਕੇ ਪ੍ਰਮੁੱਖ ਮੰਦਿਰ ਗੁਰਦੁਆਰੇ ਔਰ ਬਠਿੰਡਾ ਕਾ ਦਮਦਮਾ ਸਾਹਿਬ ਗੁਰਦੁਆਰਾ ਇਨ ਸਭ ਕੋ ਬੰਬ ਸੇ ਉੜਾ ਦੇਗਾ। ਫਿਰੋਜ਼ਪੁਰ ਤੋਂ ਜਗਦੀਸ਼ ਕੁਮਾਰ ਦੀ ਰਿਪੋਰਟ।